ਸਾਡੀ ਪਿੰਡ ਦੀ ਜਿਹੜੀ ਮੇਨ ਸਮੱਸਿਆ ਹੈ, ਨਾਮ ਅਖਤਿਆਰ ਸਿੰਘ ਬੀ ਕੇ ਯੂ ਬਲਾਕ ਪ੍ਰਧਾਨ ਟਕਾਉਂਦਾ। ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਸਾਡੇ ਪਿੰਡ ਦੇ ਬਿਲਕੁਲ ਨਜ਼ਦੀਕ ਬਣਾਈ ਜਾ ਰਹੀ ਹੈ। ਇੱਥੇ ਸਿਰਫ 18 ਫੁੱਟ ਦਾ ਹੀ ਇੱਕ ਸਪੇਸ ਹੈਗਾ, ਬਾਕੀ ਇਹ ਪਿੰਡ ਦੇ ਬਿਲਕੁਲ ਨਜ਼ਦੀਕ ਹੈ। ਅਸੀਂ ਚਾਹੁੰਦੇ ਹਾਂ ਇਹ ਇੱਥੇ ਨਾ ਬਣੇ, ਇਸ ਨੂੰ ਦੂਰ ਲੈ ਕੇ ਜਾਇਆ ਜਾਵੇ। ਨਹੀਂ, ਉਹਨਾਂ ਨੂੰ ਕੰਮ ਸੀਗਾ, ਉਹ ਕਿਤੇ ਗਏ ਹੋਏ ਹੈ ਜੀ, ਉਹਨਾਂ ਨੇ ਸਾਨੂੰ ਮਿਲੇ ਸੀ। ਬਿਲਕੁਲ ਜੀ, ਕੁਛ ਮਜਬੂਰੀਆਂ ਹੋ ਸਕਦੀਆਂ ਉਹਨਾਂ ਦੀਆਂ, ਬਿਲਕੁਲ ਜੀ। ਉਹਨਾਂ ਨੇ ਆਮ ਜਨਾਬ ਦੇ ਸਾਈਨ ਕਰਕੇ ਦਿੱਤੇ ਆ ਜੀ ਸਾਨੂੰ ਰੱਦ ਕਰਨ ਵਾਸਤੇ, ਤਾਂ ਉਹਨਾਂ ਦੀ ਸਹਿਮਤੀ ਨਾਲ ਰੱਦ ਹੋਇਆ ਜੀ ਉਹ। ਬਿਲਕੁਲ ਹੋ ਸਕਦਾ ਜੀ, ਜਦ ਪੰਚਾਇਤ ਨੇ ਸ਼ੇਅਰ ਨਹੀਂ ਕਰਿਆ ਪਿੰਡ ਦੇ ਵਿੱਚ, ਕੋਈ ਡਿਸਕਸ ਨਹੀਂ ਕਰੀ, ਤਾਂ ਇਸ ਦਾ ਮਤਲਬ ਕਾਂਗਰਸ ਦਾ ਉਸ ਟਾਈਮ ਦਬਾਅ ਸੀਗਾ, ਉਸ ਟਾਈਮ ਉਹਨਾਂ ਨੇ ਮਤਾ ਪਾ ਕੇ ਦਿੱਤਾ ਜੀ। ਨਹੀਂ ਜੀ, ਉਹਨਾਂ ਨੇ ਹਾਂਜੀ ਬਿਲਕੁਲ ਹੈ ਜੀ, ਉਹਨਾਂ ਨੇ ਜੇਲ੍ਹ ਮੰਤਰੀ ਨੂੰ ਅਤੇ ਆਪਣਾ ਪੰਚਾਇਤ ਮੰਤਰੀ ਜੀ ਨੂੰ ਲਿਖੀ, ਧਾਰੀਵਾਲ ਸਾਹਿਬ ਨੂੰ ਲਿਖੀ ਉਹਨਾਂ ਨੇ, ਉਹਨਾਂ ਨੇ ਚਿੱਠੀ ਲਿਖੀ ਹੈ ਜੀ। ਬਿਲਕੁਲ ਕਾਪੀ ਦੇ ਦਿੰਦੇ। ਬਿਲਕੁਲ ਜੀ, ਆਹ ਜੀ ਨਕਸ਼ਾ ਪਿੰਡ ਦਾ ਹੈਗਾ, ਆਹ ਪਿੰਡ ਦੀ ਆਬਾਦੀ ਹੈਗੀ ਆ, ਆਹ ਵਿੱਚ ਇੱਥੇ ਜੇਲ੍ਹ ਲਈ ਨੰਬਰ ਨੇ, ਆਹ ਜਿਹੜੀ ਜੇਲ੍ਹ ਮਾਰਕ ਹੋਈ ਹੈ ਜੀ, ਇਹ ਸਾਰ ਇਹਦੇ ਵਿੱਚ ਸਾਰੇ ਪੰਜ ਪੰਜ ਮਰਲੇ ਦੇ ਪਲੋਟ ਨੇ ਜੀ, ਸਿਰਫ ਆਹ ਨੰਬਰ ਇੱਕ ਖਾਲੀ ਆ ਵਿੱਚ ਨੂੰ, ਬਾਕੀ ਇੱਥੇ ਧਰਮਸ਼ਾਲਾ ਜਿੱਥੇ ਬੈਠੇ ਨੇ ਜੀ, ਸਾਡਾ ਬਾਜੀਗਰ ਭਾਈਚਾਰੇ ਦੀ ਧਰਮਸ਼ਾਲਾ ਹੈਗੀ ਹੈ ਜੀ, ਬਾਕੀ ਆਹ ਬਿਲਕੁਲ ਆਬਾਦੀ ਦੇ ਨਾਲ ਆ ਜੀ, ਇਹਦੇ ਨਾਲ ਹੀ ਅੱਗੇ ਪਿੰਡ ਸਿਖਰ ਮਾਜਰਾ ਸ਼ੁਰੂ ਹੋ ਜਾਂਦਾ ਜੀ, ਆਹ ਬਾਰਡਰ ਲਾਈਨ 'ਤੇ ਬਿਲਕੁਲ, ਇੱਥੇ ਸਿਰਫ ਲਾਲ ਲਕੀਰ ਹੈ, ਆਬਾਦੀ ਹੈ ਜੀ ਪਿੰਡ ਦੀ ਸਾਰੀ। ਸਰ ਦੋਨੋਂ ਇਤਰਾਜ਼ ਨੇ ਜੀ ਸਾਡੇ, ਪਹਿਲੀ ਗੱਲ ਤਾਂ ਜ਼ਮੀਨ ਰਿਜ਼ਰਵ ਹੈ ਬਹੁ ਚਰਾਂਦ ਵਾਸਤੇ, ਜ਼ਮੀਨ ਪਿੰਡ ਨੇ ਜਦੋਂ ਵਸਿਆ ਜੀ ਉਦੋਂ ਦੀ ਰੱਖੀ ਹੋਈ ਹੈ, ਸਿਆਮ ਲਾਟ ਜ਼ਮੀਨ ਔਰ ਪਈ ਬਥੇਰੀ ਪਈ ਹੈਗੀ ਸਾਈਡਾਂ 'ਤੇ, ਪਰ ਛੋਟੇ ਟੱਕ ਨੇ ਜੇ ਉੱਥੇ, ਕਹਿੰਦੇ ਵੀ ਇੱਕ ਇਹਦੇ ਵਿੱਚ ਮੈਂ ਚਿੱਠੀ 'ਚ ਪੜ੍ਹ ਰਿਹਾ ਵੀ ਇਨਕਮ ਸੋਰਸ ਵਾਸਤੇ ਦਿੱਤੀ ਗਈ ਹੈ, ਸਾਡੇ ਹਾਲੇ ਵੀ ਸਿਆਮ ਲਾਟ ਇੱਦਾਂ ਦੀ ਪਈ ਹੈ ਜਿਹੜੀ ਠੇਕੇ 'ਤੇ ਚੜ੍ਹਦੀ ਹੀ ਨਹੀਂ ਹੈਗੀ, ਹਾਲੇ ਵੀ ਘੱਟੋ ਘੱਟ 15-20 ਕਿੱਲੇ ਇਹੋ ਜਿਹੇ ਪਏ ਹੋਣੇ ਜਿਹੜੇ ਠੇਕੇ 'ਤੇ ਨਹੀਂ ਚੜ੍ਹਦੇ। ਨਹੀਂ ਜੀ, ਠੇਕਾ ਪਿੰਡ ਦਿੰਦਾ ਨਹੀਂ ਜੀ, ਜਾਣ ਬੁੱਝ ਕੇ ਦਿੰਦਾ ਕਿਉਂਕਿ ਪਸ਼ੂਆਂ ਨੇ ਚਰਨਾ ਹੁੰਦਾ ਇੱਥੇ, ਪਸ਼ੂਆਂ ਨੇ ਬੀਐਮਸੀ ਲੱਗਿਆ ਹੋਇਆ ਹੈ ਜੀ, ਵੱਡੇ ਇੱਕ ਛੋਟੀ ਡੈਰੀ ਵੀ ਹੈਗੀ ਹੈ ਜਿਹਦਾ ਘੱਟੋ ਘੱਟ ਆਪਾਂ ਦੇਖ ਸਕਦੇ ਹਾਂ 2000 ਲੀਟਰ ਡੇਲੀ ਦੁੱਧ ਵੇਰਕਾ ਨੂੰ ਜਾਂਦਾ ਹੈ ਜੀ, ਉਹਦੇ ਇੱਥੇ ਸਾਡੇ ਪਿੰਡ ਦੇ ਪਸ਼ੂ ਚਰਦੇ ਹੈ, ਮੇਨ ਸਾਡਾ ਕੀਤਾ ਇੱਥੇ ਖੇਤੀਬਾੜੀ ਅਤੇ ਪਸ਼ੂ ਜ਼ਿਆਦਾ ਹੈ, ਪਸ਼ੂਆਂ ਦਾ ਦੁੱਧ ਦਾ ਜ਼ਿਆਦਾ ਹੈ, ਇਸ ਕਰਕੇ ਜੇ ਇਹ ਚਲੇਗੀ ਜੇਲ੍ਹ ਨੂੰ ਤਾਂ ਸਾਡੇ ਪਸ਼ੂਆਂ ਦੇ ਚਰਾਉਣ ਲਈ ਹੋਰ ਕਿਤੇ ਥਾਂ ਨਹੀਂ, ਢੁੱਕਵੀਂ ਥਾਂ ਨਹੀਂ ਰਹੂਗੀ, ਜਿਸ ਨਾਲ ਪਿੰਡ ਦਾ 80% ਬੇਰੁਜ਼ਗਾਰ ਹੋ ਜਾਣਗੇ ਲੋਕ। ਬਿਲਕੁਲ ਜੀ, ਜਿਹੜਾ ਕੋਈ ਭਲਾਈ ਦਾ ਪ੍ਰੋਜੈਕਟ ਹੋਵੇ, ਪਿੰਡ ਦੀ ਸਹਿਮਤੀ ਹੋ ਜਾਵੇ ਤਾਂ ਲੱਗ ਜਾਵੇ, ਕੋਈ ਇਤਰਾਜ਼ ਨਹੀਂ, ਪਰ ਪਿੰਡ ਦੀ ਸਹਿਮਤੀ ਤਾਂ ਕਿਸੇ ਲਈ, ਇਹ ਇਕੱਲੀ ਪ੍ਰਾਈਵੇਸੀ ਦਾ ਮਸਲਾ ਨਹੀਂ ਹੈ ਜੀ, ਪਿੰਡ ਦੇ ਰੁਜ਼ਗਾਰ ਨੂੰ ਵੀ ਧੱਕਾ ਹੈ ਜੀ, ਰੁਜ਼ਗਾਰ ਨੂੰ ਮੇਨ ਧੱਕਾ ਹੈ ਜੀ, ਅਸੀਂ ਕਿਉਂਕਿ ਰੁਜ਼ਗਾਰ ਹੋ ਜਾਵਾਂਗੇ, ਆਪਣਾ ਰੁਜ਼ਗਾਰ ਸਾਡਾ ਇੱਥੇ ਪਸ਼ੂਆਂ ਦਾ ਹੀ ਆ, ਪਿੰਡਾਂ ਦੇ ਵਿੱਚ ਕਾਹਦਾ ਹੁੰਦਾ। ਮੈਂ ਭੁਪਿੰਦਰ ਸਿੰਘ, ਵਾਸੀ ਪਿੰਡ ਕੁਰੜਾ, ਜ਼ਿਲ੍ਹਾ ਮੋਹਾਲੀ ਤੋਂ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ ਦਾ, ਜਿਨ੍ਹਾਂ ਨੇ ਸਾਡੇ ਕੋਲ ਆਪਣਾ ਟਾਈਮ ਕੱਢ ਕੇ ਇੱਥੇ ਸਾਡੀ ਗੱਲ ਸੁਣਨ ਲਈ ਔਰ ਸਰਕਾਰ ਤੱਕ ਪਹੁੰਚਾਉਣ ਲੱਗੀ ਆਪਣਾ ਟਾਈਮ ਕੱਢਿਆ ਜੀ। ਸਾਡਾ ਮੇਨ ਜਿਹੜਾ ਮਕਸਦ ਹੈਗਾ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ, ਉਹ ਹੈ ਇੱਕ ਪਿੰਡ ਦੇ ਵਿੱਚ 17.5 ਕਿੱਲਿਆਂ ਦੇ ਵਿੱਚ ਮਾਡਰਨ ਜੇਲ੍ਹ ਬਣਾਉਣ ਸੰਬੰਧੀ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਸੀ, ਜੋ ਕਿ ਪਾਸ ਵੀ ਹੋ ਚੁੱਕੀ ਹੈ, ਉਸ ਦਾ ਅਸੀਂ ਪਹਿਲੇ ਟਾਈਮ ਤੋਂ ਵਿਰੋਧ ਕਰਦੇ ਆ ਰਹੇ ਹਾਂ। ਇਹ ਜੇਲ੍ਹ ਕਾਂਗਰਸ ਦੇ ਟਾਈਮ ਪਾਸ ਕੀਤੀ ਗਈ ਸੀ, ਜਿਸ ਦੀ ਕੋਈ ਗ੍ਰਾਮ ਸਭਾ ਨਹੀਂ ਬੁਲਾਈ ਗਈ ਸੀ, ਸਿਰਫ ਇੱਕ ਪੰਚਾਇਤ ਦੇ ਮਤੇ ਦੇ ਉੱਤੇ ਹੀ ਪਾਸ ਕਰ ਦਿੱਤੀ ਗਈ ਸੀ। ਇਹ ਚਿੱਠੀਆਂ ਜਦੋਂ ਅਸੀਂ ਪੜ੍ਹੀਆਂ, ਇਹਨਾਂ ਦੇ ਵਿੱਚ ਸਾਨੂੰ ਬਹੁਤ ਕੁਛ ਮਿਲਿਆ, ਜਿਸ ਤਰ੍ਹਾਂ ਕਿ ਬੀ ਡੀ ਪੀ ਓ ਖਰੜ ਮੋਹਾਲੀ ਨੇ ਕਿਹਾ ਕਿ ਸਾਨੂੰ ਫਤਿਹਗੜ੍ਹ ਸਾਹਿਬ ਔਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਿਤੇ 25 ਏਕੜ ਜ਼ਮੀਨ ਨਹੀਂ ਮਿਲੀ, 15 ਕਿਲੋਮੀਟਰ ਦੇ ਦਾਇਰੇ 'ਚ ਸ਼ਰਤਾਂ ਪੂਰੀਆਂ ਨਹੀਂ ਕਰਤੀਆਂ। ਸ਼ਰਤਾਂ ਉਹਨਾਂ ਨੇ ਇੱਥੇ ਇਸ ਪਿੰਡ ਦੀਆਂ ਵੀ ਨਹੀਂ ਰੱਖੀਆਂ, ਪੁੱਛੀਆਂ ਵੀ ਕੀ ਜ਼ਿਲ੍ਹੇ ਦੀਆਂ ਸ਼ਰਤਾਂ ਨੇ ਕਿ ਇੱਥੇ ਪੂਰੀਆਂ ਹੁੰਦੀਆਂ ਨੇ, ਕਿਉਂਕਿ ਇਹ ਜੇਲ੍ਹ ਬਿਲਕੁਲ ਪਿੰਡ ਦੀ ਆਬਾਦੀ ਦੇ ਨਾਲ ਲੱਗਦੀ ਹੈ। ਦੂਜੀ ਗੱਲ ਇਹਨਾਂ ਨੇ ਇੱਕ ਹੋਰ ਰੱਖੀ ਹੈ ਵਿੱਚ ਕਿ ਜਮ੍ਹਾਂਬੰਦੀ 2014 ਔਰ 2015 ਦੇ ਅਧੀਨ ਇਹ ਜ਼ਮੀਨ ਸ਼ਿਆਮਲਾਟ ਹੈ, ਬਿਲਕੁਲ ਗਲਤ ਹੈ ਜੀ। ਜਮ੍ਹਾਂਬੰਦੀ 2000 ਪਹਿਲਾਂ ਤੋਂ ਲਈ ਜਾਵੇ, ਜਿਹਦੇ ਵਿੱਚ ਇਹ ਗਊ ਚਰਾਂ ਦੀ ਕੈਟਾਗਰੀ ਦੇ ਵਿੱਚ ਜ਼ਮੀਨ ਆਉਂਦੀ ਹੈ, ਠੀਕ ਹੈ ਜੀ, ਜਿਹਦੇ ਵਿੱਚ ਸਾਡੇ ਕੋਲ ਸਕੀਮ ਵੀ ਹੈ। ਇਹ ਪਿੰਡ ਨੇ ਜ਼ਮੀਨ ਰਿਜ਼ਰਵ ਰੱਖੀ ਹੋਈ ਹੈ ਆਪਣੇ ਪਸ਼ੂਆਂ ਵਾਸਤੇ, ਆਪਣੇ ਪਥਵਾੜਿਆਂ ਵਾਸਤੇ ਅਤੇ ਆਪਣੇ ਹੋਰ ਕੰਮਾਂ ਵਾਸਤੇ ਰਿਜ਼ਰਵ ਰੱਖੀ ਹੋਈ ਹੈਗੀ ਹੈ। ਅਤੇ ਇਹਦੇ ਵਿੱਚ ਹੀ SCVC ਭਾਈਚਾਰੇ ਨੂੰ 5-5 ਮਰਲੇ ਦੇ ਪਲੋਟ ਕੱਟੇ ਗਏ ਹਨ, ਜਿਹੜੇ ਦੇ ਬਿਲਕੁਲ ਨਾਲ ਲੱਗਦੀ ਮਸਤੀਲ ਦੇ ਵਿੱਚ ਨੇ, ਅਤੇ ਜੇਲ੍ਹ ਦੇ ਹੋਰ ਪਿੰਡ ਦੇ ਵਿੱਚ ਸਿਰਫ ਇੱਕ ਲਾਲ ਲਕੀਰ ਦਾ ਫਰਕ ਆ,
ਵਿੱਚ ਨੂੰ, क्योंकि प्रिंट पिंड इहदे विच कोई भी प्रोटैक्शन नहीं है या कोई कह लैंदे प्राइवेसी नहीं हैगी, क्योंकि इत्थे सिक्योरिटी लाइटां लगनगियां, उच्चियां पोस्टां बणनगियां ते होर भी जिहड़े बाहरों बंदे आणगे, इस करके पिंड इस चीज़ का तहे दिलों इतराज़ जतांदा है। जमीन जमीन तो टोटल जी 246 कनाल हैगी है, जिहदे विचों 5-5 मरले के प्लाट भी कट्टे हुए ने जिहड़े बेघरियां नूं दित्ते हुए ने, ते कुछ इहदे विच होर घर बैठे ने, आह धर्मशाला भी विच हैगी है, तो जी जेल में दी है 17.5 एकड़ दी है, पर जी चिट्ठिया है जेल वास्ते 25 एकड़ दी है, इहदा मतलब सरकारी तो अगे होर वधेगी। देखो जी, असं इतराज जरूर शुरू तो करते आ रहे हैं, असं धरने भी लावांगे, जे सानू कोई रोड जाम करना पे असं रोड भी जाम करांगे, असं अगे कोर्ट का भी रुख करांगे। पहला साड़ी सरकार नूं बेनती है कि सुनी जाए, क्योंकि सरकार जरूर चेंज हुई है, MLA साहब ने बड़े तह दिल से सुनिया भी है, साड़ी सपोर्ट भी की है, उन्होंने अपना पत्र लिख के अगे भी भेजा जेल मंत्री नूं, बिल्कुल कहा जी उन्होंने नहीं बननी चाहिए, उन्होंने आके मौका देख के गल कही है भी इत्थे लोकेशन जिहड़ी हैगी है बिल्कुल गलत जगह पर चूज की गई है जी। जी नहीं, उन्होंने बजट रखा गया, सानू भी सदी पता लग्या जा सैशन दे विच बजट उन्होंने पास किया भी जेल वास्ते बजट रखता पिंड का, उस तो बाद असी दुबारे फिर एक्शन दे विच आए, सानू पहला एक भरोसा दिता गया सी कि रद्द हो गई है। नहीं जी, कोई ग्राम सभा नहीं बुलाई, कोई कुछ नहीं बुलाया गया, उस तो बाद 25-6 ਨੂੰ ਇੱਕ ਆਮ ਜਲਾਸ ਪਿੰਡ ਦੇ ਵਿੱਚ ਗ੍ਰਾਮ ਸਭਾ ਰੱਖੀ ਗਈ ਸੀ, ਜਿਹਦੇ ਵਿੱਚ ਪੰਚਾਇਤ ਨੇ ਆਪਣੀ ਗਲਤੀ ਵੀ ਸਵੀਕਾਰ ਕੀਤੀ ਔਰ ਉਸ ਨੂੰ ਰੱਦ ਕਰਿਆ, ਉਹ ਮਤਾ ਵੀ ਅਸੀਂ ਰੱਦ ਕਰਕੇ ਸਰਕਾਰ ਦਿੱਤਾ, ਕਾਪੀ ਨਾਲ ਹੈ ਜੀ। ਉਹਦੇ ਨਾਲ ਹੀ ਸੇਖਰ ਮਾਜਰਾ ਪਿੰਡ ਨੂੰ ਵੀ ਇਸੇ ਸੇਮ ਪ੍ਰੋਬਲਮ ਹੈਗੀ ਹੈ, ਜਿਨ੍ਹਾਂ ਦੇ ਨਾਲ ਸਾਡੇ ਨਾਲ ਬਾਈ ਜੀ ਆਏ ਵੀ ਇਹ ਵੀ ਦੱਸਣਗੇ। ਜਿਵੇਂ ਪਹਿਲਾਂ ਬਾਈ ਜੀ ਦੱਸ ਚੁੱਕੇ ਨੇ ਕਿ ਜਿਹੜੀਆਂ ਸ਼ਰਤਾਂ ਜੇਲ੍ਹ ਵਾਸਤੇ ਹੁੰਦੀਆਂ ਨੇ, ਪਹਿਲੀ ਗੱਲ ਤਾਂ ਇਹ ਨਾ, मैं गुरप्रीत सिंह सेखर माजरा सीनियर नवीन प्रधान भारतीय किसान यूनियन का डकौंदा, ये जिहड़ा अपना जेल वाला मुद्दा चल रहा जी, सरकार ने कुछ शर्तां रखियां होंदियां, पहली गल तां इह बिल्कुल रहायशी एरिए दे नाल है जी, क्योंकि इत्थे पिंड की प्राइवेसी बिल्कुल खत्म है, क्योंकि चैक पोस्टां भी बनदियां ने, इत्थे आने जाने वाले लोगों को भी दिक्कत आनी है, तो दूजा इत्थे BMC बनी हुई है, पिंड सेखर माजरा तो आस पास के जिन्ने भी पिंड है सारा दुध जिहड़ा इकट्ठा हो गया इत्थे आता है, जगह जगह नाके लगने ने, शाम नू या सवेर नू जदों भी दोजियां ने आना या किसी ने अपना घरेलू दुध पाना आना हो, उस भी दिक्कत आनी, आपां नू पता ही है कि जेल दे नेड़े दे हालात किवें होंदे ने, किन्नी कु उत्थे सिक्योरिटी हुंदी है ते चैकिंग हुंदी है। अगला साडे पिंड दा इत्थे बन्ना लगदा है, सानू खेती करज वी बड़ियां दिक्कत आनियां ने इत्थे, क्योंकि जेल है, जेल दे नेड़े तेड़े सिक्योरिटी हुंदी है, उत्थे कुछ आपां नू जिहड़ियां दिक्कतां उहनां दा सामना करना पैणा, उहनां दे कुछ अपने सिस्टम हुंदे ने कि इन्ने एरिया 'च आपां इह नहीं कर सकदे वो नहीं कर सकदे, सो साडी सरकार अगे बेनती यही है कि नेड़े तेड़े दे पिंडां दी दिक्कतां नूं देखदे होए ते पिंड कुरड़े दी दिक्कतां देखते हुए यह जिहड़ा बजट च पास किया गया है यह जेल नूं रद्द किया जाए, जेकर सरकार साडी कोई गल नहीं सुनदी तां उस तों अगला जिहड़ा साडा स्टैप है वह असीं धरना भी देवांगे, इत्थे पक्का धरना ला के बैठांगे, तो असीं कोर्ट दा रुख भी करांगे, चाहे स्टे लेनी पवे, हाई कोर्ट जाना पवे, चाहे सानूं सुप्रीम कोर्ट जाना पवे, मतलब असीं किसी भी हालत च यह जेल इत्थे बण नहीं देनी, तो साडी सरकार नूं बार बार यही बेनती है कि साड़ी सुनी जावे, सानू इन्ना अगे जाण दी जरूरत ना पवे, जेकर सरकार दो अक्षर लिख देंदी है जिवें पहला बजट पास करता इन्हां ने, जे साड़ियां दिक्कतां नू देखदे होए ये दो अक्षर लिख के दे देंदे कि इत्थे जेल वास जगह ढुकवी है नहीं, जो कि है भी नहीं, शर्तां दे मुताबक इत्थे ढुकवी जगह नहीं है, तो साड़ी सरकार नू फिर बार बार यही बेनती है कि इत्थे इस सिस्टम नू रोक दिता जावे। साडे एरिए सुझाव कोई नहीं है जी, साडे एरिए क्योंकि जिथे भी श्याम लाड पिंड के नेड़े ही है, तो साड़ी तो यही बेनती है कि जिथे थोड़ा ढुक भी जाएगा कि पिंड तो दूर रैशी एरिए तो मिलती है उत्थे जाए, तो इस बाबत असी ढालीवाल साहब न जोड़े अपने पंचायत मंत्री हूँ खेतीबाड़ी मंत्री उन्होंने भी असी मंग पत्र दे चुके हैं, तो जोड़े अपने हरजोत बैन जी ने जेल मंत्री उन्होंने भी असी इस बाबत लिख के दे चुके हैं जी, बाकी अगे देखते हैं जिथे तक जाना पवे जाए। देखो जी MLA की गल सिर्फ एक MLA की गल है, क्योंकि पिंड दी दिक्कत जो आप बेहतर दस सकते हैं, MLA साहब तो अपनी दिक्कत उन्होंने तक जो आप लिख के दिता है वह पहुँचा देंगे,
ਹੁਣ ਉਹ ਸਰਕਾਰ ਦੇ ਹੱਥ ਹੈ ਕਿ ਆਪਣੇ ਐਮਐਲਏ ਦੀ ਸੁਣਦੇ ਆ ਨਹੀਂ ਦੇਖੋ ਜਿਵੇਂ ਆਮ ਆਦਮੀ ਦੀ ਸਰਕਾਰ ਹੈ ਜੀ ਸੁਣਨੀ ਚਾਹੀਦੀ ਹੈ ਜਾਂ ਸਰਕਾਰੀ ਆਮ ਆਦਮੀ ਦੀ ਹੈ ਐਮਐਲਏ ਤਾਂ ਬਹੁਤ ਵੱਡੀ ਗੱਲ ਹੋਗੀ ਆਮ ਲੋਕਾਂ ਦੀ ਸੁਣਨੀ ਚਾਹੀਦੀ ਹੈ ਪਹਿਲਾਂ ਤਾਂ ਉਹਨਾਂ ਨੂੰ ਐਮਐਲਏ ਤਾਂ ਬਿਲਕੁਲ ਸੁਣਨਗੇ ਦੇਖੋ ਅੱਗੇ ਹੁਣ ਇਜਲਾਸ ਆ ਰਿਹਾ ਜੀ ਵਿਧਾਨ ਸਭਾ ਦਾ ਜਿੱਥੇ ਪਹਿਲਾਂ ਪਾਸ ਹੋਈ ਹੈ ਉੱਥੇ ਰੱਦ ਹੋਣੀ ਹੈ ਉਸ ਤੋਂ ਪਹਿਲਾਂ ਜਿਹੜੀ ਸਾਡੀ ਕਾਰਵਾਈ ਉਹ ਅਸੀਂ ਕਰਾਂਗੇ ਅਲਟੀਮੇਟਮ ਤਾਂ ਫਿਰ ਅਸੀਂ ਇਜਲਾਸ ਤੋਂ ਬਾਅਦ ਹੀ ਦੇਵਾਂਗੇ ਜੀ ਕਿ ਉੱਥੇ ਰੱਦ ਹੁੰਦੀ ਹੈ ਨਹੀਂ ਹੁੰਦੀ ਜੇ ਕੋਈ ਵੱਡੀ ਬਿਮਾਰੀ ਹੈ ਤਾਂ ਉਹਨੂੰ ਰੈਫਰ ਕਰ ਦਿੱਤਾ ਜਾਊਗਾ ਵੱਡੇ ਹਸਪੀਟਲ ਦੇ ਵਿੱਚ ਡਾਇਗਨੋਸ ਕੀਤਾ ਜਾਊਗਾ ਜੀ ਜਾਂ ਕਿਵੇਂ ਸੁਵਿਧਾ ਸੈਂਟਰ ਵਧੀਆ ਬਣੇ ਹੋਏ ਸੀ ਫਾਇਦਾ ਕੀ ਸੀ ਇਹਨਾਂ ਨੂੰ ਆਮ ਆਦਮੀ ਕਲੀਨਿਕ ਦਾ ਦੇਖੋ ਤੁਹਾਨੂੰ ਪਤਾ ਉਹਨੂੰ ਤਾਂ ਬੋਲਣ ਦੀ ਆਦਤ ਆ ਵਿਚਾਰੇ ਨੂੰ ਕਈ ਵਾਰੀ ਆਪਾਂ ਜਿਹੇ ਬੰਦੇ ਨੂੰ ਬੋਲਣ ਦੀ ਆਦਤ ਹੁੰਦੀ ਉਹ ਬੋਲ ਤੋਂ ਬਿਨਾਂ ਰਹਿ ਨਹੀਂ ਸਕਦੇ ਹੈਗੇ ਇਹ ਸਾਡਾ ਸਾਥੀ ਵੀ ਉਹਨਾਂ ਵਿੱਚੋਂ ਇੱਕ ਹੈ ਉਹਨੇ ਹਰ ਗੱਲ ਦੇ ਵਿੱਚ ਬੋਲਣਾ ਹੁੰਦਾ ਇਸ ਕਰਕੇ ਉਹਨੂੰ ਬਹੁਤਾ ਸੀਰੀਅਸ ਲੈਣ ਦੀ ਲੋੜ ਹੈ ਕਿੰਨੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਜੀ ਕਰ ਰਹੇ ਨੇ ਵੀ ਜੇਲ੍ਹ ਜਿਹੜੀ ਬਣ ਜਾ ਰਹੀ ਉਹ ਕਹਿੰਦੇ ਵੀ ਕੁਲਵੰਤ ਸਿੰਘ ਨੂੰ ਅਸੀਂ ਕਿਹਾ ਵੀ ਹੈ ਕਾਂਗਰਸ ਸਰਕਾਰ ਸਾਡਾ ਪਿੰਡ ਜਾੜਨਾ ਚਾਹੁੰਦੀ ਸੀ ਪਰ ਹੁਣ ਸਾਨੂੰ ਨਵੀਂ ਸਰਕਾਰ ਤੋਂ ਆਸ ਹੈ ਤੁਸੀਂ ਕਿਵੇਂ ਦੇਖੋ ਇਹ ਪਹਿਲੀ ਸਰਕਾਰ ਵੱਲੋਂ ਹੀ ਸਾਰਾ ਕੁਝ ਪੂਰਾ ਹੋ ਚੁੱਕਿਆ ਸੀ ਮੈਂ ਤਾਂ ਲਿਖ ਕੇ ਵੀ ਭੇਜਿਆ ਸੀ ਵੀ ਕੋਈ ਹੋਰ ਜਗ੍ਹਾ ਲੱਭ ਲਈ ਜਾਵੇ ਕਿਉਂਕਿ ਪਹਿਲੀ ਸਰਕਾਰ ਵੱਲੋਂ ਮਤਾ ਪਾਸ ਹੋ ਗਿਆ ਸਰਕਾਰ ਵੱਲੋਂ ਆਰਡਰ ਹੋ ਚੁੱਕੇ ਸੀ ਇਸ ਕਰਕੇ ਇਹ ਹੋਂਦ ਵਿੱਚ ਆਉਣ ਜਾ ਰਹੀ ਹੈ ਅਤੇ ਮੈਂ ਤਾਂ ਹੁਣ ਵੀ ਬੇਨਤੀ ਕੀਤੀ ਹੈ ਵੀ ਇਹਦੇ 'ਤੇ ਮੁੜ ਵਿਚਾਰ ਕੀਤਾ ਜਾਵੇ ਠੀਕ ਹੈ ਹਾਂਜੀ